ਸੁਖਬੀਰ ਸਿੰਘ ਬਾਦਲ ਕਹਿੰਦੇ ਆ ਉਹਨਾਂ ਦਾ ਕੱਖ ਨਾ ਰਵੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਫਿਰ ਕੀ ਰਹਿ ਗਿਆ? ਅੱਜ ਹਾਲਾਤ ਕੀ ਹੈ ਇਹਨਾਂ ਦੀ? ਕਿੱਥੇ ਜਾਂਦੇ? ਕਾਲੀਆਂ ਝੰਡੀਆਂ ਕੀ ਹੋ ਰਿਹਾ? ਮੁਰਦਾਬਾਦ ਮੁਰਦਾਬਾਦ ਲਾੜੇ ਲੱਗ ਰਿਹਾ। ਹਰ ਜਿਹੜੇ ਮੋੜ ਤੇ ਜਾਂਦੇ ਆ ਉੱਥੇ ਖਾਣੀ ਹੋਈ ਜਾਂਦੀ, ਹੋਰ ਇਹ ਤੋਂ ਵੱਧ ਕੀ ਹੁੰਦਾ? ਹਰਸਿਮਰਤ ਕੌਰ ਬਾਦਲ ਵੀ ਤਾਂ ਇਹੀ ਗੱਲ ਦੋਹਰਾਉਂਦੇ ਨੇ, ਉਹਨਾਂ ਦਾ ਕੱਖ ਨਾ ਰਵੇ ਜਿਨ੍ਹਾਂ ਦੇ ਰਹਿ ਗਿਆ। ਫਿਰ ਰਹਿ ਗਿਆ, ਫਿਰ ਮੰਤਰੀ ਨੇ ਥੱਲੇ ਆ ਗਏ, ਸਰਕਾਰ ਮੁੜ ਕੇ ਆਉਂਦੀ ਨਹੀਂ, ਆਹੀ ਗੱਲ ਹੁੰਦਾ। ਹੋਰ ਕੱਖ ਨੂੰ ਹੋਰ ਕੀ ਰਹਿਣਾ? ਜੋ ਇਹਨਾਂ ਦਾ ਪੈਸਾ ਕਮਾ ਲਿਆ ਉਹ ਮੁੱਕਣਾ ਥੋੜੋ ਇਹਨਾਂ ਨੂੰ। ਉਹ ਗੱਲ ਇੱਥੇ ਨਾ, ਉਹਨੇ ਥਾਂ ਥਾਂ ਬੇਇੱਜ਼ਤੀ ਹੋ ਰਹੀ ਆ। ਇੱਜ਼ਤ ਆ ਜਿਹੜੀ ਪੈਸੇ ਨਾਲ ਨਹੀਂ ਮਿਲਦੀ, ਉਹ ਇਹਨਾਂ ਨੇ ਗਵਾ ਲਈ ਬਸ। ਆ ਕੈਪਟਨ ਸਾਹਿਬ ਨੇ ਫੁਟਕਾ ਸਾਹਿਬ ਦੀ ਸਹੁੰ ਖਾਧੀ ਮੱਥੇ ਨੂੰ ਲਾ ਕੇ, ਦਮਦਮਾ ਸਾਹਿਬ ਕੰਮ ਕਰ। ਦੇਖੋ ਫਿਰ ਅੱਜ ਇਹਨਾਂ ਨੂੰ ਆਇਆ ਕਿ ਸਾਡਾ ਰੱਬ ਤਾਂ ਹੋਰ ਆ, ਸਾਨੂੰ ਪੰਛੀ ਚਿੜੀ ਜਨੌਰੀ ਗਿਣਦੇ ਨੇ ਵੀ ਸਾਡੀ ਦੁਨੀਆ ਵੀ ਹੋਰ ਆ, ਸਾਡਾ ਰੱਬ ਵੀ ਹੋਰ ਆ। ਪਰ ਰੱਬ ਹੈਗਾ ਗੁਰੂ ਦੇ ਘਰ, ਦੇਰਾਂ ਦੇ ਨਹੀਂ ਪਟਕਾ ਕੇ ਮਾਰਿਆ ਸਿਰ ਤਾਂ ਤੁਹਾਨੂੰ, ਇਹ ਬਚ ਕੇ ਰਿਹਾ ਕਰ। ਉਹ ਅਕਾਲੀ ਜਿਹਨਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਪੂਰਾ ਉਹਨਾਂ ਦਾ ਹੱਥ ਹੈ, ਜਾਂ ਉਹਨਾਂ ਨੇ ਨਹੀਂ ਕੀਤੀ ਜਾਂ ਕਰਵਾਈ ਆ, ਇਹ ਰੱਬ ਜਾਣਦਾ ਹੈ। ਪਰ ਇੱਕ ਗੱਲ ਆ, ਉਹਨਾਂ ਦੇ ਰਾਹ 'ਚ ਹੋਈ ਕਿਵੇਂ? ਅਤੇ ਹੁਣ ਸਿੱਧੂ ਸਾਹਿਬ ਖਿੱਚ ਲੈਂਦਾ ਕੁਰਸੀ ਚੱਕੀ, ਬਹਿ ਜਾਂਦਾ ਉੱਪਰ, ਦੱਬ ਕੇ ਦਿੱਲੀ ਆ ਗਏ, ਇੱਧਰ ਕੀ ਹੋਣਾ ਇਹਨਾਂ ਕੁਰਸੀ ਲੜਾਈ ਹੈ। ਪੰਜਾਬ ਪੰਜੂਬ ਤਾਂ ਭੁੱਲਿਆ ਵਾ, ਜੋ 4.5 ਸਾਲ ਨਹੀਂ ਹੋਇਆ ਹੁਣ ਕਿਵੇਂ ਹੋ ਗਿਆ? ਨਹੀਂ, ਉਹਨਾਂ ਦੀ ਜਿਹੜੀ ਵਾਈਫ ਆ ਨਵਜੋਤ ਕੌਰ ਸਿੱਧੂ, ਉਹ ਕਹਿੰਦੇ ਕਿ ਵੀ ਨਵਜੋਤ ਸਿੰਘ ਸਿੱਧੂ ਨੂੰ ਤਾਂ ਕੁਰਸੀ ਦਾ ਕੋਈ ਲਾਲਚ ਹੀ ਨਹੀਂ ਹੈਗਾ, ਇਸੇ ਕਰਕੇ ਉਹਨਾਂ ਨੇ ਅਸਤੀਫੇ ਵਾਰ ਵਾਰ ਦਿੱਤੇ ਆਪਣੇ ਚੀਜ਼ਾਂ ਨੂੰ ਲੈ ਕੇ। ਘਰਵਾਲੀ ਦਾ ਜੀਵਨ ਸਾਥੀ ਨੂੰ ਸਾਨੂੰ ਪਿਆਰਾ ਬਹੁਤ ਚੰਗਾ ਲੱਗਦਾ, ਉਹਨੂੰ ਰੱਬ ਰੂਪੀ ਲੱਗਦਾ। ਹੁਣ ਗੱਲ ਇਹ ਫਿਰ ਕਰਵਾ ਵੇ, ਜਿਹੜੇ 3 ਮਹੀਨੇ ਰਹਿ ਗਏ ਅੱਜ ਕਰਵਾ ਕੇ, ਜਿਨ੍ਹਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਲੱਭੋ, ਆ ਨਸ਼ੇ ਬੰਦ ਕਰੋ। ਲੱਖਾਂ ਘਰ ਉਜਾੜ ਤੇ ਮਾਵਾਂ ਦੇ ਪੁੱਤ ਜਿਨ੍ਹਾਂ ਨੇ ਮਿਹਨਤ ਮਜ਼ਦੂਰੀਆਂ ਕਰਕੇ ਗੱਭਰੂ ਕੀਤੇ, 20-22 ਸਾਲ ਦੇ ਪੁੱਤਰ ਇਕੱਲੇ ਇਕੱਲੇ ਨਸ਼ੇ ਦੀ ਭੇਟ ਚੜ੍ਹ ਗਏ, ਮਾਵਾਂ ਰੋ ਰੋ ਕੇ ਅੰਨੀਆਂ ਹੋ ਗਈਆਂ, ਅੱਥਰੂ ਸੁੱਕ ਗਏ ਅੱਖਾਂ 'ਚੋਂ। ਉਹ ਬੁੱਢੜੇ ਬਾਪ ਜਿਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣਨਾ ਸੀ, ਉਹ ਚਿਹਰੇ ਮਰਝਾਏ ਪਏ, ਮੋਢਾ ਦੇਣਾ ਪੈ ਗਿਆ ਉਹਨਾਂ ਨੂੰ ਅਰਥੀ ਦਾ, ਫਿਰ ਹਜੇ ਦਿਸਦਾ ਨਹੀਂ ਕਿਸੇ ਨੂੰ। ਕਰਨ ਫਿਰ ਸਿੱਧੂ ਰੋਕਿਆ ਕਿਸੇ ਨੂੰ? ਸਿੱਧੂ ਰੋਕਿਆ ਕਿਸੇ ਨੂੰ? ਹੱਲ ਕੀ ਹੈ? ਹੱਲ ਅਸੀਂ ਕੱਢਾਂਗੇ, ਸਰਕਾਰ ਆਊ ਸਾਡੀ ਸੁਭਾਈ 'ਚ, ਇਹ ਦੱਸਾਂਗੇ, ਇਹਨੂੰ ਉੱਪਰਲਿਆਂ ਨੂੰ ਫੜਾਂਗੇ, ਚੱਕ ਕੇ ਅੰਦਰ ਠੋਕਾਂਗੇ, ਫਿਰ ਖਤਮ ਆ ਕਹਾਣੀ। ਪਰ ਇਹੀ ਗੱਲ ਤਾਂ ਕਹਿੰਦੇ ਪਏ ਸੀ, ਕਾਂਗਰਸ ਸਰਕਾਰ ਕਹਿੰਦੀ ਸੀ, ਕਾਂਗਰਸ ਪਾਰਟੀ ਕਹਿੰਦੀ ਪਈ ਸੀ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਅਸੀਂ ਅੰਦਰ ਦੇ ਦਿਆਂਗੇ, ਤੇ ਹੁਣ ਜਦੋਂ ਗੱਲਬਾਤ ਹੁੰਦੀ ਹੈ ਤੇ ਹੁਣ ਕੈਪਟਨ ਸਾਹਿਬ ਸਿੱਧਾ ਕਹਿੰਦੇ ਨੇ, ਮੌਜੂਦਾ ਸਰਕਾਰ ਨੂੰ ਕਹਿੰਦੇ ਨੇ ਕਿ ਵੀ ਫੜ ਲਓ ਜੀ ਤੁਸੀਂ ਬਾਦਲ ਨੂੰ, ਫੜ ਸਕਦੇ ਹੋ, ਜਾਂ ਜਿੰਨੇ 'ਤੇ ਵੀ ਐਗਜੀਕਿਊਸ਼ਨ ਲੱਗਦੇ ਰਹੇ ਨੇ ਸਰਕਾਰਾਂ ਦੇ ਵੇਲੇ, ਜਾਂ ਕੁਛ ਵੀ ਹੋਇਆ ਉਹਨਾਂ ਚੀਜ਼ਾਂ ਨੂੰ ਲੈ ਕੇ, ਕਹਿੰਦੇ ਨੇ ਵੀ ਜਿਹਨੂੰ ਤੁਸੀਂ ਹੁਣ ਅੰਦਰ ਸਾਹਮਣਾ ਕਰਦੇ ਹੋ ਜੇਲ੍ਹਾਂ ਦੇ ਵਿੱਚ, ਉਹੀ ਗੱਲਾਂ ਤੁਸੀਂ ਕਹਿ ਰਹੇ। ਕੈਪਟਨ ਸਾਹਿਬ ਨੇ ਗੇਮ ਬਣਾ ਤੀ, ਉਹਨਾਂ ਨੂੰ ਬਚਾ ਲਿਆ, ਬਾਦਲ ਨੂੰ ਬਚਾ ਲਿਆ ਆਪਦੇ ਢੰਗ ਨਾਲ। ਜਗਬਾਣੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ। ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਦੇ ਵਿੱਚ ਇੱਕ ਸਮਾਂ ਸੀ ਕਾਫੀ ਜ਼ਿਆਦਾ ਲੋਕ ਪ੍ਰਭਾਵਿਤ ਸਨ, ਵੱਧ ਤੋਂ ਵੱਧ ਲੋਕ ਜੁੜਨਾ ਚਾਹੁੰਦੇ ਸਨ, ਪਰ ਇੱਕ ਸਮਾਂ ਅਜਿਹਾ ਆਇਆ ਜਦੋਂ ਲੋਕ ਆਮ ਆਦਮੀ ਪਾਰਟੀ ਦੇ ਨਾਲੋਂ ਟੁੱਟਣਾ ਸ਼ੁਰੂ ਹੋ ਗਏ। ਪਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਵੀ ਦੁਬਾਰਾ ਫਿਰ ਉਹੀ ਆਲਮ ਹੈਗਾ, ਤੇ ਪਾਰਟੀ ਦੇ ਵਿੱਚ ਨਵੇਂ ਜਿਹੜੇ ਚਿਹਰੇ ਨੇ ਉਹ ਵੀ ਸ਼ਾਮਲ ਹੁੰਦੇ ਪਏ ਨੇ ਤੇ ਨਵੇਂ ਲੋਕ ਵੀ ਸ਼ਾਮਲ ਹੁੰਦੇ ਪਏ ਨੇ ਉਹਨਾਂ ਦੇ ਵਿੱਚੋਂ। ਬਲਕਾਰ ਸਿੱਧੂ ਵੀ ਅਜਿਹੇ ਸ਼ਖਸ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਨੇ, ਤੇ ਅੱਜ ਵੀ ਉਹ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੇ ਨੇ। ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਸਿੱਧੂ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਜਗਬਾਣੀ ਤੇ ਪੰਜਾਬ ਕੇਸਰੀ ਸਾਰੇ ਦਰਸ਼ਕਾਂ ਨੂੰ, ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ, ਕਿਵੇਂ ਦੇਖਦੇ ਹੋ ਮੌਜੂਦਾ ਜਿਹੜੀ ਪੰਜਾਬ ਦੀ ਸਥਿਤੀ ਹੈਗੀ ਆ, ਰਾਜਨੀਤਿਕ ਜਿਹੜਾ ਚੱਲਦਾ ਪਿਆ ਸਮੀਕਰਨ ਕਿਵੇਂ ਦੇਖਦੇ ਨੇ? ਗੱਲ ਇਹ ਆ ਜੀ, ਅਕਾਲੀ ਕਾਂਗਰਸੀ ਤੋਂ ਲੋਕ ਬਹੁਤ ਅੱਕੇ ਪਏ ਆ। ਪਿਛਲੇ 70 ਸਾਲ ਹੋ ਗਏ ਇਹਨਾਂ ਨੂੰ ਝੂਠ ਦੀ ਰਾਜਨੀਤੀ ਕਰਦਿਆਂ ਨੂੰ, ਝੂਠ ਮਾਰ ਮਾਰ ਕੇ ਸਰਕਾਰ ਬਣਾ ਲੈਂਦੇ, ਸਾਡੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਦੇ ਨੇ, ਠੱਗਦੇ ਨੇ। ਆਹ ਕੈਪਟਨ ਸਾਹਿਬ ਨੇ ਫੁਟਕਾ ਸਾਹਿਬ ਦੀ ਸਹੁੰ ਖਾਧੀ ਮੱਥੇ ਨੂੰ ਲਾ ਕੇ, ਦਮਦਮਾ ਸਾਹਿਬ ਕੱਲ੍ਹ ਮੁੱਕ ਕਰਕੇ। ਦੇਖੋ ਫਿਰ ਅੱਜ ਇਹਨਾਂ ਨੂੰ ਆਇਆ ਵੀ ਸਾਡਾ ਰੱਬ ਤਾਂ ਹੋਰ ਹੈ, ਸਾਨੂੰ ਪੰਛੀ ਚਿੜੀ ਜਨੌਰੀ ਗਿਣਦੇ ਨੇ ਵੀ ਸਾਡੀ ਦੁਨੀਆ ਵੀ ਹੋਰ ਆ, ਸਾਡਾ ਰੱਬ ਵੀ ਹੋਰ ਆ। ਪਰ ਰੱਬ ਹੈਗਾ ਗੁਰੂ ਦੇ ਘਰ, ਦੇਰਾਂ ਦੇਰ ਨਹੀਂ ਪਟਕਾ ਕੇ ਮਾਰਿਆ ਫਿਰ ਸਿਰ ਤਾਂ ਥੱਲੇ, ਇਹ ਬਚ ਕੇ ਰਿਹਾ ਕਰ। ਉਹ ਅਕਾਲੀ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਪੂਰਾ ਉਹਨਾਂ ਦਾ ਹੱਥ ਹੈ, ਜਾਂ ਉਹਨਾਂ ਨੇ ਨਹੀਂ ਕੀਤੀ ਜਾਂ ਕਰਵਾਈ ਆ, ਇਹ ਰੱਬ ਜਾਣਦਾ ਹੈ। ਪਰ ਇੱਕ ਗੱਲ ਉਹਨਾਂ ਦੇ ਰਾਹ 'ਚ ਹੋਈ ਕਿਵੇਂ? ਇੱਕ ਗੱਲ ਮੈਂ ਭਾਈ ਸਾਹਿਬ ਤੁਹਾਨੂੰ ਪੁੱਛਣੀ ਚਾਹੁੰਦਾ, ਆਪਣੇ ਘਰੇ ਕੋਈ ਬਾਰ 'ਚ ਲਿਖ ਕੇ ਲਾ ਜੇ ਵੀ ਮੈਂ ਤੁਹਾਡੇ ਇੰਨੇ ਦਿਨਾਂ ਦੇ ਵਿੱਚ ਚੋਰੀ ਕਰੂੰਗਾ, ਤੁਹਾਨੂੰ ਲੁੱਟ ਕੇ ਲੈ ਕੇ ਜਾਊਂਗਾ, ਆਪਾਂ ਨੂੰ ਨੀਂਦ ਆਜੂ?
सौ गया, फिर चोरी भी करके लै गया, फिर कहता जिहड़ा थोड़ा समान चोरी करिया इहनू पिछों कट के सोना सा डब्बे डुब्बे जिहड़े लैके गया तोड़ के थोड़े घरे सुट के जाऊं, फिर सौ गए आपां। इह गल सरकार दा सी, उन्होंने पोस्टर लाते भी थोड़े साहब श्री गुरु ग्रंथ साहब नूं असीं चक के लैके जावांगे, परवाह ही नहीं मन्नी, सुते रहे। पर सुखबीर सिंह बादल कहिंदे उन्हां दा कख ना रहे जिन्हां ने श्री गुरु ग्रंथ साहब की बेअदबी की है। फिर की रह गया, अज हालात की है इन्हां दे, जिथे जांदे कालियां झंडियां की हो रहा, मुर्दाबाद मुर्दाबाद नारे लग रहे, हर जिहड़े मोड़ ते जांदे आ उत्ते खाणी होई जांदी, होर इहदे बाद की होगा। हरसिमरत कौर बादल भी तो यही गल दोहराउंदे ने वी उन्हां दा कख ना रहे जिन्हां दी गुरु ग्रंथ साहब दी बेअदबी की है। रह गया फिर मंत्री तों थल्ले आ गए, सरकार मुड़ के आउंदी नहीं, आई गल हुंदा और कख नूं होर की रहिणा, जो इन्हां ने पैसा कमा लिया वो मुकना थोड़ो इन्हों, वो गल इतने हूँ भी ना उन्हें थां थां बेइज्जती हो रही है, इज्जत आ जिहड़ी पैसे ना नहीं मिलती वो इन्होंने गवा ली। बस लगता हुण चन्नी सरकार आई है पंजाब दे विच बदलाव आऊगा, जिहड़ा बेअदबी का मामला चलता पिया वा उहदे ते किते ना किते जिहड़ा न्याय मिलूगा लोगों नूं। ये आपका न्याय वाल भजे फिरते हैं जी कुर्सी मगर, पहला कैप्टन साहब तो जिहड़े उह चाहीदा सी भैड़ी होनी चाहिए सी, गुटका साहब की सहुं खाधी जिहड़ी उहनूं सजा मिल गई, तो हूँ सिद्धू साहब खिंच लैंदा कुर्सी चढ़ी बह जाता उपर दब के दिल्ली आ गए इधर की होना इन्हें कुर्सी लड़ाई है पंजाब पजूब का भुलिया वै जो जो 4.5 साल नहीं होया हूँ किवें होजू नहीं। उन्होंने जी वाइफ आ नवजोत कौर सिद्धू कहें कि भी नवजोत सिंह सिद्धू ने तो कुर्सी का कोई लालच ही नहीं है, इस करके उन्होंने अस्तीफे वार बार दिते अपन चीजा लैके, मतलब लोगों के हक के उन्होंने गल की है कि भी जेकर साडे महकमे दे विच कोई भी व्यक्ति हैगा करप्ट हैगा उन्हूं बाहर कड्या जावे, इन्हां चीज़ां नूं लैके नवजोत सिंह सिद्धू ने अस्तीफे दिते ने। इस गल का हवाला उन्हां दी पत्नी धर्म पत्नी जिहड़ी हैगी नवजोत कौर सिद्धू दिंदी पई है। घर वाली दा जीवन साथी ने सारिआं नूं प्यारा हो, बहुत चंगा लगता उन्हूं, रब रूपी लगता हुण। गल है फिर करवावे जिहड़े 3 महीने रह गए ते करवा के, जिन्हां ने बेअदबी कीती आ उन्हां नूं लब्भो, आ नशे बंद करो, लखां घर उजाड़ ते मावां दे पुत्त जिन्हां ने मेहनत मजदूरियां करके गभरू किते 20-22 साल के पुत्र कले कले नशे की भेट चढ़ गए, मावां रो रो के अन्नियां हो गई, अथरू सुक गए अखा चो, वह बुढ़े बाप जिन्हां ने बुढ़ापे का सहारा बनना सी वह चेहरे मरझाए पे, मोढ़ा देना पै गया उन्होंने अर्थी का, फिर खजे दिसदा नहीं कुछ करन, फिर सिद्धू साहब रोकया किसे ने, सिद्धू साहब रोकया किसे ने कर। सवाल किया सीधा मीडिया ने जदों प्रगट सिंह नूं भी किया, कहिंदे कि कानून के दायरे के विच रह के असीं सारी कार्रवाई करांगे। मैं ना साडे महराज पिंड आ पुरखियां दा, साडा कैप्टन साहब का भी उही पिंड पुरखियां का, उत्थे एड्डी लंबी लिस्ट दित्ती आ बेचण वालिआं दी, सके भरा दो इक्की रात नशे की भेट चढ़े, मां नूं पुछो। कल परसों फिर एक अज भोग सी जाया नहीं गया क्योंकि इधर मीटिंग आ गई चंडीगढ़ साडी, अभी भोग से जाना सी, इहदे पिंड देखो की हाल है, कितने तुरे फिरते हैं। मैं कहना भी किने आख्या सिद्धू साहब नूं रोको बंद करो अंदर, वह अफसर फड़ के अंदर सुट्टो जिन्हां ने यह नशे पको चेन बनी हुई आ, मैनूं यह दस्सो यह किनूं फड़दे ने, जिहड़ा खांदा बेचारा माड़ा मोटा, किवें पता लगे भी गड्डी ते आउंदा स्कूटर ते आउंदा साइकिल ते आउंदा, जेब दे विचों 2 ग्राम फड़िया गया, किहड़ी दूरबीन इहनां कोल, नशे वाले फड़ के जे खांदे पा दिंदे आ अगला सैकंड नंबर ते आ जिहड़ा नशा खांदा उहचों 2 पैसे कट के बचा के अगे वेची जांदा, यह पौड़ी चढ़ना करदे करदे उत्थे जाण जिथों आउंदा उन्हां कोल तां पहुंचदे नहीं क्योंकि मुड़ के इत्थे ही आ जाणे, इन्हां दे विचों ही आ जाणा तां नहीं फड़दे। हल की है इन्हां चीज़ां दा? हल असीं कढ़ांगे, सरकार आऊ साडी 2022 च, फिर दस्सांगे किवें इन्हां उपरलिआं नूं फड़ांगे, चक के अंदर ठोकांगे, फिर खत्म आ कहानी। पर यही गल तो कहते पे सी कांग्रेस सरकार कहती पी सी, कांग्रेस पार्टी कहती पी सी, कैप्टन अमरिंदर सिंह ने कहा कि असीं अंदर दे देंगे, तो हुण जदों गलबात हुंदी है तो हुण कैप्टन साहब सीधा कहते हैं मौजूदा सरकार नूं कहते हैं कि भी फड़ लो जे तुसीं बादलों नूं फड़ सकते हो, जां जिन्हें ते भी एडिगेशन लगते रहे ने सरकारां दे वेले जां कुछ भी होया उन्हां चीज़ों नूं लैके कहते हैं भी जिन्हें तुसीं हुण अंदर करना कर दो जेलां दे विच, उही गल्लां तुसीं कह रहे हो। कैप्टन साहब ने गेम बनाती, उन्हां नूं बचा लिया, बादलों नूं बचा लिया आपदे ढंग नाल, असी करके दिखाया दिल्ली च, देखो जिहड़ी गल केजरीवाल साहब ने की आ कही आ करी आ, इत्थे भी करके बहाव लोग साढ़े नाल ने, देखी जाओ कि ऐलान होण दे किते इहदा वोटां दा पिंडां च नहीं बण देना। पर उस तो पहला कह रहे हैं लोग कि भी उस तो पहला ऐलान होना चाहिए पंजाब का जिहड़ा मुख मंत्री आम आदमी पार्टी का चेहरा होगा वह किहड़ा होगा, लोगों नूं तां पहला इस चीज़ नूं तुसीं क्लैरिफाई क्यों नहीं करदे भी पार्टी क्यों नहीं करदी? कांग्रेस का किहड़ा, कांग्रेस का कौन आ मौजूदा? तो चन्नी है नहीं, चन्नी अगे कौन आ? अकाली दल का कौन है? नहीं ना देवे हर हालत चोणा सीएम डिकलेयर करके लड़ांगे, टाइम पे जी करांगे। लगता कोई तुहानू लगता कि इस अहुदे दे लई जिहड़ा एक जिम्मेवार व्यक्ति जिहड़ा लगता कि लोग जिन्हू पसंद करनगे जां लोगों नू लगता कि भी साडे मसले हल करूगा आम आदमी पार्टी दे विचों किहड़ा चेहरा लगता तुहानू?
देखो सरकार बनूगी मसले हल जो सरकार बनी सारे करनगे साडी आम आदमी पार्टी साडे सुप्रीमो श्री अरविंद केजरीवाल साहब उन्होंने तीजी बार मुख्यमंत्री बने है वह दिल्ली दे उह सब कुछ सोची बैठे ने असी चेहरा जल्दी ही मेरा ख्याल है नवंबर दे विच 15 नवंबर तक शायद चेहरा दे देंगे। आम आदमी पार्टी तुहानू कोई वड्डी जिम्मेवारी सौंपदी है तुहाडे किहड़ा हलका लैणा चाहोगे? देखो जी मैं इस टाइम मैनू हलका चाह जनापुरा पूर लाया जिनी की ड्यूटी उन्होंने लाई आ असी निभा रहे ज्यादा मेहनत करी जाने टिकट की ऑफर होंगी है तो हलका रामपुरा फूल तो ही लड़ोंगे या कि होर थां तों लड़न की तुहाडी इच्छा हैगी है? देखो पार्टी ने ड्यूटी लाउनी है जी जे चोण लड़ाउनी आ तां भी लड़ पांगे जे वैसे कहणगे भी आह पिंडा सांभला शहर सांभला इत्थे कम कर लो आपां तां पार्टी लई जिथे ड्यूटी लाउणगे आपां इमानदारी दे नाल ड्यूटी करांगे। आम आदमी पार्टी दे वल्लों पार्टी दे विच हुण तुसीं हैगे हो की कहना चाहुंदे पंजाब दे आवाम दे लई की संदेश है तुहाडा? गल इही है जी इही बेनती है भी 70 साल हो गए किते अकाली किते कांग्रसी पंजाब की गल करा तां इहनां तों खहिड़ा छड़ा लो जिहड़े आउंदे आ लुट्टण वास्ते आउंदे आ लुटदे आ कुटदे आ बर्बाद करता रंगला पंजाब साडा खा लिया लुट लुट के खा गए ने देश नूं ताजां तख्तां वाले लुट लुट के खा गए ने देश नूं ताजां तख्तां वाले सिर दे के जोधियां ने लैती महंगे मुल आजादी एक अज दे गोरियां ने की ठोक ठोक बर्बादी वह मर गए पुत मावां दे जिहड़े दुद्ध मक्खणां नाल पाले लुट लुट के खा गए ने देश नूं ताजां तख्तां वाले इन्हां तों खहिड़ा छड़ाओ जे पंजाब बचाउणा एक बार 5 साल मौका दिओ आम आदमी पार्टी नूं क्योंकि दिल्ली दे विच तुसीं जिहड़े वादे कीते आ उह साडे अरविंद केजरीवाल साहब ने निभाए आ स्कूलां दे होण सेहत सहूलतां होण जो भी कीता कहा उह करिआ ते इत्थे वी करके विखाउणगे 5 साल जरूर मौका देना चाहीदा जे चंगा कर लिआ ते अगे मौका दे दिओ क्योंकि करांगे हर हालत करांगे मुड़ के आम आदमी पार्टी सरकार जिवें तीजी वार चौथी वार वी बणू इत्थों जाणी नहीं। शुक्रिया मेहरबानी। सो गलबात हुई है बलकार ने कहा कि सीधे तौर से उन्होंने कहा कि जिहड़ी सरकार रही है पंजाब दे विच लोकां दा भला उन्होंने नहीं किया गा यह इल्जाम सीधे तौर से बलकार सिंह सिद्धू होरां दे वल्लों जिन्नियां भी सरकार रही उन्होंने लगाए गए ने नाल ही उन्होंने मांग की है डिमांड की है पंजाब दे लोकां नूं कि पंजाब दे लोक आम आदमी पार्टी नूं एक मौका जरूर देण ते उन्हां दे राज दे विच जो जेकर आम आदमी पार्टी सत्ता दे विच आउंदी है तां उन्हां नूं उन्हां दीआं जिहड़ीआं मुश्किलां ने उन्हां नूं पहल दे आधार ते हल कीता जाएगा जिहड़ीआं हुण तक दीआं समस्यावां सीगीआं पंजाब दे आवाम दीआं मौजूदा सरकारां दे वल्लों हल नहीं कीतीआं गईआं उन्हां दा हल पहले नंबर ते करनगीआं ते जिहड़ीआं वड्डीआं दिक्कतां हैगीआं ने जिहड़े वड्डे इंसाफ लैण दे लई जिवें कि बेअदबी दी गल कर लईए नशे नूं लै के गल कर लईए बेरोजगारी नूं लै के गल करिए उन्हां चीज़ां नूं लै के पहल दे आधार ते आम आदमी पार्टी दे वल्लों कम कीता जाएगा। तुसीं बने रहो जगबाणी टीवी दे नाल मेरे नाल कैमरा परसन अमित कुमार।